ਮੱਖਣ ਸਾਹਿਬ ਸਾਡੇ ਕੋਲ ਆਏ ਨੇ ਤੈਨੂੰ ਸਾਹਿਬ ਕਿਹਾ ਹੋਣਾ ਤੇ ਤੈਨੂੰ 4 ਦਿਨ ਨੀਂਦ ਨਹੀਂ ਆਣੀ ਪੁੱਤਰ ਮੇਰੀ ਲੱਤਾਂ ਕੰਬਣ ਲੱਗ ਗਈਆਂ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਮੱਖਣ ਸਾਹਿਬ ਕਿਹਾ ਕੋਈ ਸਰੀਆ ਗਰਮ ਕਰਕੇ ਤੇਰੀ ਲੱਤਾਂ ਤੇ ਨਹੀਂ ਲਾਇਆ ਕਿ ਤੇਰੀਆਂ ਕੰਬਣ ਲੱਗ ਗਈਆਂ ਜਾਂ ਕੋਈ ਤਾਰ ਨਹੀਂ ਵਿਛਾਤੀ ਤੇ ਕਰੰਟ ਵਾਲੀ ਮੈਂ ਮੂੰਹ ਬੰਦ ਬਗੀਆਂ ਹਵਾਵਾਂ ਪਾਵੇਂ ਬੜੀਆਂ ਹੋ ਬਗੀਆਂ ਹਵਾਵਾਂ ਪਾਵੇਂ ਬੜੀਆਂ ਇਹ ਬੜੀਆਂ ਬੇਟਾ ਕਿਹੜੀਆਂ ਅੰਮ੍ਰਿਤਸਰ ਵਾਲੀਆਂ ਨਹੀਂ ਆਲੂ ਬੜੀਆਂ ਮੈਂ ਨਹੀਂ ਅੰਮ੍ਰਿਤਸਰ ਵਾਲੀਆਂ ਬੜੀਆਂ ਨਹੀਂ ਨਹੀਂ ਇਹ ਜਲੰਧਰ ਵਾਲੀਆਂ ਬੜੀਆਂ ਉਧਰ ਬੜੀਆਂ ਕਿੱਦਾਂ ਗਈਆਂ ਕਿੱਦਾਂ ਇਦਾਂ ਉੱਥੋਂ ਤੁਸੀਂ ਸਮਝ ਜਲੰਧਰ 'ਚ ਕਿੱਦਾਂ ਬੜੀਆਂ ਜਿੱਦਾਂ ਚੱਲ ਛੱਡੋ ਫਿਰ ਗਾਣਾ ਸੁਣੋ ਹਾਂ ਹੋ ਬਗੀਆਂ ਹਵਾਵਾਂ ਪਾਵੇਂ ਬੜੀਆਂ ਉਹ ਬੜੀਆਂ ਹੁੰਦਾ ਓਏ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਕੀ ਕਰਦਾ ਬੜੀਆਂ ਤੂੰ ਬੜੀਆਂ ਕਹਿੰਦੇ ਬੜੀਆਂ ਮਤਲਬ ਬਹੁਤ ਜ਼ਿਆਦਾ ਹਾਂ ਹੋ ਬਗੀਆਂ ਹਵਾਵਾਂ ਪਾਵੇਂ ਬੜੀਆਂ ਉਹਦੇ ਜਿਹੀ ਨੇਰੀ ਕੋਈ ਚੁੱਲੀ ਵੀ ਨਹੀਂ ਹੋਰ ਨਾਲ ਦਿਲ ਕਿੱਥੋਂ ਲਾ ਲਈਏ ਪਹਿਲਾਂ ਵਾਲੀ ਕਮਲੀ ਜੀ ਪੁੱਲੀ ਵੀ ਨਹੀਂ ਮੈਨੂੰ ਯਾਦ ਹੋ ਗਿਆ ਕੀ ਕਹਾਂ ਪੁੱਤਰ ਹੁਣ ਤੈਨੂੰ ਜੋ ਕਹਿਣਾ ਜੀ ਨਾਲੇ ਕਹੀ ਜਾਂਦਾ ਮੈਨੂੰ ਭੁੱਲੀ ਵੀ ਨਾਲੇ ਕਹਿੰਦਾ ਮੈਨੂੰ ਯਾਦ ਹੈ ਉਹ ਜਨਾਬ ਮੈਨੂੰ ਛੁੱਟੀ ਦਿਓ ਮੈਂ ਵਿਆਹ ਤੇ ਜਾਣਾ ਹੈ ਚੌਕੀਦਾਰ ਤੋਂ ਛੁੱਟੀ ਚਾਹੀਦੀ ਯਾਰ ਮੈਂ ਤੈਨੂੰ ਕੰਮ ਤੇ ਕਦੋਂ ਰੱਖਿਆ ਤੂੰ ਮੇਰੇ ਕੋਲ ਛੁੱਟੀ ਲੈਣ ਆ ਰਿਹਾ ਮੈਂ ਨਹੀਂ ਸਮਝ ਆਇਆ ਉਹ ਜਨਾਬ ਮੈਂ ਚੌਕੀ ਮੇਰੀ ਤੇਰੇ ਨਾਲ ਕੋਈ ਗੱਲ ਹੀ ਨਹੀਂ ਮੈਂ ਤਾਂ ਦੇਖਿਆ ਹੀ ਪਹਿਲੀ ਵਾਰੀ ਹੈ ਤੂੰ ਪਤਾ ਨਹੀਂ ਕਿੱਥੋਂ ਆ ਗਿਆ ਛੁੱਟੀ ਲੈਣ ਮੈਂ ਸੌ ਲੱਗੇ ਮੈਨੂੰ ਨਹੀਂ ਪਤਾ ਤੂੰ ਕੌਣ ਆ ਆ ਕਹਿੰਦਾ ਮੈਨੂੰ ਛੁੱਟੀ ਦਿਓ ਮੈਂ ਚੱਲ ਮੈਂ ਉੱਥੇ ਚੌਕੀਦਾਰ ਹਾਂ ਉਹ ਕਿਤੇ ਤੁਹਾਡੀ ਬਰਾਦ ਮਤਲਬ ਆਪਣਾ ਦਾਰਦਾਰ ਬਸ ਇਸ ਤੋਂ ਬਾਅਦ ਜੇ ਇਹ ਗੱਲ ਤੂੰ ਹੋਰ ਕਹੀ ਨਾ ਇੱਕ ਵਾਰੀ ਮੈਂ ਕੁਛ ਨਹੀਂ ਕਰਨਾ ਤੂੰ ਆਪੇ ਫਸ ਜਾਣਾ ਦੇਖੋ ਤੁਹਾਡੇ ਪਿੱਛੇ ਵੀ ਦਾਰ ਲੱਗਦਾ ਮੇਰੇ ਪਾਸੇ ਵੀ ਦਾਰ ਲੱਗਦਾ ਤੈਨੂੰ ਕਹਿਣ ਦੇ ਨਾ ਕਹਿ ਫਿਰ ਮੇਰੇ ਕੋ ਮੈਂ ਇਧਰੋਂ ਮੋਢੇ 'ਚੋਂ ਕੱਢ ਦੇਣਾ ਪੁੱਤਰੇ ਚਲੋ ਠੀਕ ਹੈ ਜੀ ਫਿਰ ਹੈਲੋ ਪਹਿਲੀ ਵਾਰੀ ਛੁੱਟੀ ਲੈਣ ਡਿਆ ਪੁੱਤਰ ਉਹਨੇ ਤੇ ਛੁੱਟੀ ਦਾ ਪਤਾ ਨਹੀਂ ਮੈਂ ਤੇਰੇ ਤੇ ਝੂਟੀ ਲਾ ਦੇਣੀ ਆ 10 ਮਿੰਟ ਦੀ ਨਹੀਂ ਮਤਲਬ ਚੰਗਾ ਰਹੇਗਾ ਫਿਰ ਹੈਲੋ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਅਸੀਂ ਇੰਗਲੈਂਡ ਤੋਂ ਬੋਲਦੇ ਹਾਂ ਰਾਜੂ ਬੋਲਦੇ ਪਏ ਇੰਗਲੈਂਡ ਤੋਂ ਵਾਹ ਜੀ ਵਾਹ ਕੀ ਹਾਲ ਚਾਲ ਨੇ ਜੀ ਠੀਕ ਹੋ ਹਾਂਜੀ ਠੀਕ ਹੈ ਵੀਰ ਜੀ ਤੁਸੀਂ ਕਿੱਦਾਂ ਠੀਕ ਹੋ ਮੈਂ ਤਾਂ ਸਮਾਰਟ ਹੀ ਨਾ ਮੈਂ ਫਿਰ ਤੁਹਾਨੂੰ ਪਤਾ ਮੈਂ ਨਹੀਂ ਫਿਰ ਬਰਦਾਸ਼ਤ ਕਰਦਾ ਹੁੰਦਾ ਕਿ ਹਾਂ ਥਾਣੇ ਜਾ ਰਿਹਾ ਰੋਹ ਹੁੰਦਾ ਹੈ ਨਾ ਦੇਖੋ ਕੀ ਕਰ ਸਕਦੇ ਹੁਣ ਆ ਗਿਆ ਇੱਕਦਮ ਕਮਾਂਡ ਕੀ ਕਿੱਥੇ ਲੈ ਜਾਵਾਂ ਮੈਂ ਆਪਣੀ ਆਲੀ ਕੋਲ ਰਹਿਣਾ ਤੇਰੀ ਘਰ ਵਾਲੀ ਕੋਲ ਡਰਨਾ ਮੈਂ ਉਹਦੇ ਕੋਲ ਜਾ ਨਹੀਂ ਸਕਦੇ ਤੁਸੀਂ ਕਿਉਂ ਉਹ ਤਾਂ ਰਹਿੰਦੀ ਆ ਤਾਂ ਜਾ ਕੇ ਦੇਖਿਆ ਮਿਲਿਓ ਫਿਰ ਤਾਂ ਜਾ ਕੇ ਬਹੁਤ ਘਟੀਆ ਗੱਲ ਕੀਤੀ ਤੂੰ ਹੈਲੋ ਨਹੀਂ ਮੱਖਣ ਸਾਹਿਬ ਨੂੰ ਕਹੋ ਤੂੰ ਕਿ ਮੈਂ ਤਾਂ ਕਦੇ ਭੇਜਦਾ ਐ ਤਾਂ ਰਹਿੰਦੀ ਆ ਤਾਂ ਦੇਖੋ ਜੀ ਇਹ ਮੈਂ ਬਾਦੂਆਂ ਦੇਣ ਆਏ ਆ ਜੀ ਬਾਦੂਆਂ ਅਸੀਂ ਇਹਨਾਂ ਨੂੰ ਸੈਲਰੀਆਂ ਦੇਈਏ ਤੇ ਬਾਦੂਆਂ ਦੇਣ ਲੱਗੋ ਇਹ ਬਾਦੂਆਂ ਦੇਣ ਦੇ ਹੈ ਨਾ ਨਹੀਂ ਜੀ ਕਹਿੰਦੇ ਨੇ ਕਿ ਮਨੀ ਦੇ ਕੇ ਗਾਲਾਂ ਖਾ ਲਓ ਹਾਂ ਉਹ ਸਾਲ ਹੋਇਆ ਸਹੀ ਗੱਲ ਆ ਜੀ ਦੇਖੋ ਜਰਾ ਗੌਰ ਨਾਲ ਦੇਖੋ ਤੇ ਸਹੀ ਇਹਦੇ ਹਾਲ ਜੇ 30 ਸਕਿੰਟ ਤੋਂ ਵੱਧ ਦੇਖਿਆ ਜਾਵੇ ਤੇ ਜੋ ਮਰਜ਼ੀ ਕਹਿ ਦਿਓ ਉਹ ਬਸ ਉਹ ਬਸ ਇਹ ਤਾਂ ਮੂੰਹ ਹੀ ਇਦਾਂ ਕਰਦਾ ਜਿੱਦਾਂ ਗੁੰਗੀ ਟਾਂਗਿਆਂ ਦੇ ਕੇ ਹੱਸਦੀ ਹੁੰਦੀ ਹੈ ਓਕੇ ਇੱਕ ਅੱਧਾ ਆਂਟੀ ਜੀ ਨੂੰ ਕੋਈ ਇੱਕ ਅੱਧੀ ਹੋਰ ਚੀਜ਼ ਦੱਸੋ ਜੀ ਇੱਕ ਮਿੰਟ ਓਏ ਮੇਰੇ ਅੱਖਾਂ ਅੱਗੇ ਆ ਗਿਆ ਕਿ ਕਿੱਦਾਂ ਐਕਸਪ੍ਰੈਸ਼ਨ ਕੀ ਹੋਏਗਾ ਹੁਣ ਉਹਦਾ ਰਿਕਸ਼ੇ ਵਾਲੇ ਨੇ ਕਿੱਦਾਂ ਬ੍ਰੇਕ ਮਾਰੇ ਹੋਣੇ ਉਹ ਬੇਟਾ ਟੰਗ ਆ ਗਿਆ ਸਾਰਾ ਉਲਟ ਹੋ ਗਿਆ ਨਾ ਸਿਸਟਮ ਤੇਰਾ ਦਿਮਾਗ ਚ ਉਲਟ ਹੋ ਗਿਆ ਪੰਚ ਖਾ ਕੇ ਹਾਂ ਇੱਕ ਹੋਰ ਆ ਜਵੇ ਇੱਕ ਹੋਰ ਆ ਜੇ ਬਈ ਇੱਕ ਹੋਰ ਆ ਜੀ ਹਾਂ ਜੀ ਦੇਖੋ ਜੀ ਜਰਾ ਮੈਂ ਤਾਂ ਗੌਰ ਨਾਲ ਦੇਖੋ ਇਹਨੂੰ ਮੂੰਹ ਜਰਾ ਇਹਦਾ ਦੇਖੋ ਜੀ ਪੋਜ ਦੇ ਨਾ ਫਿਰ ਮੈਂ ਹੋਈ ਹਾਂਜੀ ਹਾਂਜੀ ਕਰੋ ਪੋਜ ਆਇਆ ਕੋਈ ਹੁਣ ਹੁਣ ਤਾਂ ਮੱਖਣ ਸਾਹਿਬ ਏਦਾਂ ਦਾ ਮੂੰਹ ਬਣਾ ਲਿਆ ਵੀ ਜਿੱਦਾਂ ਹਨਾ ਗਿੱਲੀ ਗਿੱਲੀ ਮਿੱਟੀ ਨੀ ਹੈਗੀ ਪੁਰਾਣੇ ਕੋਠਿਆਂ ਨੂੰ ਬੁੜੀਆਂ ਫੇਰਦੇ ਮੁੜ ਕੇ ਉੱਤੇ ਮੁੱਕਾ ਮਾਰ ਦਿੰਦੀਆਂ ਲਾ ਵੀ ਬੇਟਾ
ਅੱਜ ਮੈਂ ਤੈਨੂੰ ਕੀ ਕਹਿਣਾ, ਅੱਜ ਦਰਸ਼ਕਾਂ ਵੱਲੋਂ ਤੇਰੀ ਹਨੇਰੀ ਆ ਗਈ ਹੈ। ਮੈਨੂੰ ਨਹੀਂ ਲੱਗਦਾ ਕਿ ਅੱਜ ਅੱਜ ਦੀ ਡੋਜ਼ ਤੇਰੀ ਵਧੀਆ ਪੂਰੀ ਹੋਈ। ਹਨੇਰੀ ਨਹੀਂ ਜੀ, ਤੂਫਾਨ ਹੀ ਸੀ। ਤੂਫਾਨ ਹੀ ਸੀ ਨਾ, ਲੈ ਵੀ ਕਿਸੇ ਤੂਫਾਨ 'ਚ ਉੱਡਦੇ ਲਫਾਫੇ ਵਰਗਾ ਮੂੰਹ ਆ ਤੇਰਾ। ਜੇ ਕਿਤੇ ਇੱਕ ਅੱਧਾ ਹੋਰ ਆ ਜੇ ਕੰਬਲਾਂ ਦੇ ਵਿੱਚ ਲਕੋਣੇ ਪੈਣੇ, ਤੇਰੀ ਸ਼ਕਲ ਵਾਲੀ ਦੇਖ ਕੇ ਸਾਡੇ ਨਿਆਣੇ ਡਰ ਗਏ। ਨਾ ਇਤਨਾ ਬਦਨਾਮ ਕਰੇ ਜ਼ਾਲਿਮ, ਇਹ ਦੁਨੀਆ ਅੱਗੇ ਮੈਨੂੰ ਕਾਲੂ ਕਾਲੂ ਕਹਿੰਦੀ। ਡਰੇ ਨੀ ਹੋਣੇ ਜੀ, ਉਹਨਾਂ ਬੱਚੇ ਸ਼ਰਮਾ ਜਾਂਦੇ ਵੱਡੇ, ਕਹਿੰਦੇ ਹੋਣੇ ਅੰਕਲ ਹੈ ਨਾ ਅੰਕਲ। ਸ਼ਰਮਾਉਣ ਵਾਲੀ ਕਿਹੜੀ ਗੱਲ ਹੈ, ਨਿਆਣੇ ਛੋਟੇ ਜਿਹੜੇ ਹੁੰਦੇ ਨਾ, ਸਿਆਣੇ ਅੱਗੇ ਸ਼ਰਮਾ ਜਾਂਦੇ ਆ। ਯਾਰ ਤੂੰ ਨਾ ਜਦ ਤੈਨੂੰ 3-5 ਵੱਜਦੇ ਤੂੰ ਬੋਂਦਲ ਕੋ ਜਾਣਾ। ਵੈਸੇ ਕੰਨਾਂ ਕੋਲੇ ਤੇ ਵੱਜਣ ਲੱਗ ਗਏ। ਉਹ ਕਹਿੰਦੇ ਮੁੱਛਾਂ ਦੇ ਏਦਾਂ ਰਾਵਣ ਦੀਆਂ ਹੁੰਦੀਆਂ, ਉਹਦੀ ਤੇ ਸ਼ਕਲ ਫੇਰ ਵੀ ਚੰਗੀ ਹੁੰਦੀ ਸੀ, ਇਹਦੀ ਸ਼ਕਲ ਨਹੀਂ ਚੰਗੀ। ਯਾਰ ਉਹ ਹੈ ਕੀ ਅੱਜ, ਆ ਸਾਰੇ ਤੇਰੇ ਵਾਲੇ ਕੋ ਚੱਲਣ ਡਏ। ਰਾਜੂ ਭੈਣ ਜੀ ਬੁਲਟ ਚੌਕੇ ਲਾਏ ਉੱਥੇ ਚੌਕੀਦਾਰੀ ਕਰੇਗਾ। ਨਹੀਂ ਨਹੀਂ, ਬੁਲਟ ਇੱਥੇ ਬਹੁਤ ਘੱਟ ਆ, ਗੱਡੀਆਂ ਹੀ ਖੜੀਆਂ। ਵਾਹ ਜੀ ਵਾਹ, ਉਹਦੇ ਥੱਲੇ ਹੀ ਆਣਾ ਇਹਨੇ ਕਿਸੇ ਦਿਨ। ਪਰ ਸੱਚੀ ਰਾਜੂ ਭੈਣ ਜੀ, ਤੁਸੀਂ ਫੋਨ ਕੀਤਾ ਔਰ ਇੰਨੀਆਂ ਹਾਸੇ ਵਾਲੀਆਂ ਗੱਲਾਂ ਕੀਤੀਆਂ, ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਵਾਕਈ। ਪਰ ਤੁਸੀਂ ਕਦੇ ਕਦੇ ਫੋਨ ਕਿਉਂ ਕਰਦੇ ਹੋ? ਹਾਂ ਰੋਜ਼ ਕਰਿਆ ਕਰੀਏ ਵੀਰ ਜੀ। ਹਾਂਜੀ ਤੁਸੀਂ ਮੈਨੂੰ, ਅਰੇ ਜੇ ਫੋਨ ਦੇ ਬਿੱਲ ਦੀ ਗੱਲ ਹੈ ਤਾਂ ਮੈਨੂੰ ਕਹੋ, ਮੈਂ ਮੇਰੇ ਲਈ ਜਵਾਬ ਹੈ।